क्लियर हो गया पानी। हाँ सत श्री अकाल जी, आज दा व्लॉग अपना हैगा मांटू दे नाल। ए 5-10 मिनट मेरे नाल हैगा ते 5-10 मिनट तो मेरे नाल हैगा ते इन्नू 15 का फोन आ चुके आ। तो मैं कहा यार ते जे कॉन्सलर दे पीए नू इन्ने फोन आ गए आ ते कॉन्सलर नू किन्ने फोन आंदे होगे यार। तंग ही होंदे उहड़े बंदे हैना, क्यों मांटू तंग ही तंग ही रहिंदे हैना बंदे इद्दू नू हैना। लवा गया ते अगले दिन मैं क्या यार सीमेंट दे उपर ना पानी पाया वा, सीमेंट पक्का होजू ते चेडा मूरा चूहे ने मूरा कीता। मैं क्या वाह चूहे, कहिंदे गाल निकलनी चूहे नू। ਮੈਂ ਕਹਿੰਦੇ ਚੂਹੇ ਆਪਣੇ ਯਾਰ ਦੋਸਤ ਵੇਖ ਭਰਾਵਾ, ਮੈਂ ਹੁਣ ਉਹ ਚੀਟਾ ਉਹ ਫਿਰ ਬੰਦ ਕਰਾ ਤਾ ਪਾਣੀ ਫੇਰ ਅੰਦਰ ਆ ਗਿਆ। ਅੱਛਾ ਉਹ ਜਿਹੜਾ ਸਾਡਾ ਸੀਗਾ ਮਕੈਨਿਕ ਉਹ ਜ਼ਿਆਦਾ ਹੀ ਵਧੀਆ ਸੀ, ਕੁਛ ਮਤਲਬ ਪਲੰਬਰ ਦੁੱਧ ਵਾਲਿਆਂ ਦਾ ਮਸਲਾ ਹੋਇਆ ਤੇ ਉਹੀ ਹੋਇਆ ਕਰਦਾ। ਮੈਂ ਪਲੰਬਰ ਜ਼ਿਆਦਾ ਹੀ ਵਧੀਆ ਸੀਗਾ, ਮਾਰੇ ਉਹਨੂੰ ਲਗਾ ਤੇ ਗਏ ਪੁਰਜੇ ਨੂੰ, ਲੋਕ ਲੈਣਾ ਭੁੱਲ ਗਏ ਉਹਦਾ। ਅੱਛਾ ਹੁਣ ਅੱਗੇ ਹਰ ਸ਼ਨੀਵਾਰ ਤੇ ਐਤਵਾਰ ਨਾ ਭਰ ਜਾਂਦਾ ਸੀ, ਐਲਕੀ ਨਹੀਂ ਭਰਿਆ। ਹੁਣ ਦੇਖੋ ਕੁਦਰਤੀ ਨਹੀਂ ਭਰਿਆ। ਕਿਲੋ ਆਇਆ ਕਿ ਇੱਥੇ ਡੱਬਾ ਕਿਹੜਾ ਲਵਾਇਆ ਵੀ ਉਧਰੋਂ ਪਾਣੀ ਆਵੇ ਤੇ ਅੰਦਰ ਨਾ ਆਵੇ, ਅੰਦਰਲਾ ਪਾਣੀ ਬਾਹਰ ਜਾਵੇ, ਬਾਹਰਲਾ ਪਾਣੀ ਅੰਦਰ ਨਾ ਆਵੇ। ਉਹ ਯਾਰ ਉਹ ਆਉਂਦਾ ਵਾਲਾ ਚਿੱਟਾ ਪਾਣੀ ਨਾ ਗੰਦਾ ਪਾਣੀ ਆਉਂਦਾ ਸੀ ਨਾ ਯਾਰ, ਦੁੱਧ ਵਾਲਾ ਪਾਣੀ ਆਉਂਦਾ। ਉਹ ਪਤਾ ਕੀ ਕਿਉਂ ਕਿਉਂ ਆਉਂਦਾ, ਕੀ ਚੱਕਰ ਆ? ਉਹ ਜਿਹੜਾ ਬਣਾਉਂਦੇ ਆ ਨਾ ਉਹ ਪਨੀਰ, ਪਨੀਰ ਜਿਹੜੇ ਕੱਪੜੇ ਨਾਲ ਬਣਾਉਂਦੇ ਆ ਉਹ ਕੱਪੜਾ ਇੱਦੀ ਰੋੜ ਦਿੰਦੇ, ਫਿਰ ਉਹ ਵਿੱਚ ਉਹਦੇ ਸੀਵਰੇਜ ਦੇ ਵਿੱਚ ਪਲਾਸਟਿਕ ਬੋਤਲਾਂ ਵਿੱਚ ਹੀ ਭਰਾਵਾ। ਉਹ ਕਈ ਮੰਗਾਣੀ ਵੀ ਰਪਟਾ ਕੱਢਣ ਲਈ, ਰਪਟਾ ਕੱਢਣ ਲਈ ਨਾ ਵਿੱਚੋਂ ਕਈ ਮੰਗਾਈ ਕਿੱਧਰ ਜਾਣਾ। ਮੇਰੇ ਹਿਸਾਬ ਨਾਲ 3-4 ਕਿਲੋ ਰਪਟਾ ਨਿਕਲਿਆ ਵਿੱਚੋਂ। ਅੱਛਾ ਜੇ ਬੰਦਾ ਦੇਖੇ ਹੈਰਾਨ ਸੰਦ ਹੱਥ ਪੈ ਗਈ ਆ, ਬੰਦਾ ਉਹ ਦੇਖਿਓ ਹੈਰਾਨ ਰਹਿ ਜਾਓ ਯਾਰ ਹੈ ਇੰਨੀਆਂ ਰੋਟਾਂ ਯਾਰ। ਬੰਦੇ ਦਾ ਕੋਈ ਤੂੰ ਤਾਂ ਭਰਾਵਾ ਸਾਡਾ ਫੋਨ ਹੀ ਨੀ ਚੱਲਦਾ, ਮਾੜੇ ਬੰਦੇ ਦੀ ਕੋਈ ਇਹ ਤਾਂ ਹੁਣ ਮੈਂ ਰਿਕੁਐਸਟ ਕੀਤੀ ਹੈ ਨਾ ਕਿ ਭਾਈ ਮੇਰਾ ਫੋਨ ਚੱਕਿਆ ਕਰੋ। ਪਹਿਲੀ ਬੈਲ ਤੇ ਚੱਕ ਲਿਆ ਨਹੀਂ ਚੱਕ ਲਿਆ ਦੱਸੋ, ਕਹਿੰਦੇ ਨਹੀਂ ਚੱਕਿਆ। ਇਹ ਤੇ ਅੱਜ ਤੇ ਯਾਰ ਵੈਸੇ ਗੱਲ ਅੱਜ ਤੇ ਬਣਦੀ ਹੈ ਵੀ ਹਾਂ ਮਾਂਟੂ ਨੇ ਸਾਡੀ ਗੱਲ ਇੱਕ ਵਾਰ ਕਹੇ ਤਾਂ ਪਗਾਤੀ ਆ। ਹੁਣ ਪਤਾ ਨੀ ਇਹਦਾ ਕੋਈ ਆਪਣਾ ਇੰਟਰਸਟ ਨਾ ਹੋਵੇ ਕੋਈ, ਉਹ ਵੱਖਰੀ ਗੱਲ ਆ। ਸਾਰਾ ਦਿਨ ਫੋਨ ਸੁਣ ਸੁਣ ਬੁਰਾ ਹਾਲ ਹੋ ਜਾਂਦਾ ਪਤਾ। ਕਹਿੰਦੇ ਨੇ ਸਹੇਲੀ ਨੂੰ ਲੈ ਲੈਂਦੀ ਹੋਵੇ ਜੇ ਉਹ ਭਰਾਵਾ ਦੇਦਾ ਵਿਆਹ ਹੋ ਗਿਆ ਜੀ, ਹੋਰ ਭਰਜਾਈ ਨੇ ਪੋਹਾ ਆ ਵੀਡੀਓ ਦੇ ਲੈ ਰਹੇ ਹਨ ਸੱਚੀ ਸੱਚੀ ਕਿਤੇ ਸਹੇਲੀ ਨੂੰ ਦੱਸਾ ਦਾ ਵਾ ਉਹ ਦੂਏ ਦੀ ਹੋਣੀ ਆ ਨਾਣੂ ਦੀ ਛੋਟਾ ਹੀ ਸੀ ਮੈਂ, ਮੇਰੀ ਉਮਰ ਹੈਗੀ ਆ 25 ਸਾਲ। ਸਾਰੀ ਦੁਨੀਆ ਨਾ ਅੱਜ ਕੱਲ ਵਲੋਗਾਂ ਦੀ ਵੀ ਆ, ਕਿਵਾ ਵਲੋਗ ਬਣਾਓ ਚੰਗੇ ਯਾਰ ਦੇ ਲੈ ਮਿਹਨਤ ਅਸੀਂ ਕਰੀਏ ਕ੍ਰੈਡਿਟ ਕੋਈ ਲੈ ਜਾਵੇ। ਵੈਸੇ ਅੱਜ ਹਵਾ ਹੁਣ ਕਿਹਦੀ ਹੈ ਵੈਸੇ ਤੇਰੇ ਹਿਸਾਬ ਨਾਲ? ਕੁਛ ਨੀ ਪਤਾ ਮੇਰੇ ਹਿਸਾਬ ਨਾਲ ਯਾਰ ਵੀ
ਬੀਜੇਪੀ ਨੂੰ ਤਾਂ ਵੜਨ ਨੀ ਦਿੰਦੇ ਵੇ, ਠੀਕ ਆ, ਤੇ ਕੇਜਰੀਵਾਲ ਨਵਾਂ ਆ, ਕਾਂਗਰਸ ਹੀ ਹੈ ਪਹਿਲਾਂ ਆਪਣੇ ਦੇ ਹੈ ਹੀ ਕਾਂਗਰਸ ਜਲੰਧਰ ਕਾਉਂਟੀ ਪੰਜਾਬ ਚ ਕਾਂਗਰਸ ਨਾ, ਬਾਕੀ ਤਾਂ ਬੀਜੇਪੀ ਹੈ ਨਾ ਬਾਹਰ, ਪੰਜਾਬ ਚ ਕਾਂਗਰਸ ਆ ਉਹਦੇ ਓਲ ਡੋਰ ਉਹਦੇ ਦੇ ਕੇ ਤਾਂ ਡੋਰ ਲੱਗਾ ਪਿੱਛੇ ਕੁਛ ਨੀ ਪਤਾ, ਇੱਕ ਰੁਪਈਏ ਦੀ ਪਤੰਗ ਪਿੱਛੇ ਦੇ ਨਿਆਣੇ ਕਿੱਦਾਂ ਰਿਸਕ ਲੈਂਦੇ ਯਾਰ, ਉਹ ਗਾੜੀ ਪਾਉਣ ਲੱਗਾ ਹੁਣ ਹੋ ਸੁਣਾ, ਮੈਂ ਕਿਹਾ ਸਪੈਸ਼ਲ ਵਲੌਗ ਤੇਰੇ ਉੱਪਰ, ਮੈਂ ਇਹ ਜਿਹੜੇ ਆਉਣ ਵਾਲੇ ਕੌਂਸਲਰ ਸਾਹਿਬ ਸਾਡੇ, ਮੈਂ ਕਿਹਾ ਉਹਨਾਂ ਦੇ ਉੱਪਰ ਇੱਕ ਵਲੌਗ ਬਣਾ ਦਈਏ ਛੋਟਾ ਜਿਹਾ ਨਿੱਕਾ ਜਿਹਾ, ਹੁਣ ਮੋਹਰਾਂ ਦੋਨੋਂ ਲੱਗ ਗਈਆਂ ਆਪਣੀਆਂ, ਬਾਕੀ ਤੇਰੀ ਚਲਦੀ ਆ, ਤੂੰ ਉਹਦੀ ਜਾਮ ਲਾ ਜਾਣਾ, ਉਹ ਭਰਾ ਮੇਰਾ ਵੀ ਬੋਰਡ ਜਿਹਾ ਲਵਾ ਦਿੱਤਾ ਤਾ ਯਾਰ, ਮੇਰੀ ਫੋਟੋ ਆ ਜੀ ਉੱਪਰ ਤੇ ਲਿਖੀ ਆ ਜਾਵੇ ਤਾਂ ਸਪੋਰਟ ਆਪਣਾ ਕਾਂਗਰਸ, ਆਹੋ ਗਗਨ ਬਾਬਾ ਵਲੌਗਸ ਲਿਆ ਇੱਕ ਅੱਧਾ ਨੀ ਕੰਮ ਕਰਾਉਣ ਤਾਂ ਤੂੰ ਦੋ ਦੋ ਕਰਾ ਤੇ ਯਾਰ, ਵਾਕਈ ਯਾਰ ਮੰਨ ਗਏ ਯਾਰ, ਭਰਾਵਾ ਜੇ ਤੂੰ ਨਾ ਹੁੰਦਾ ਤਾਂ ਮੈਨੂੰ ਲੈ ਗਈ ਪੁਲਿਸ ਚੱਕ ਕੇ, ਸਹੀ ਗੱਲ ਆ, ਤੇਰੇ ਕਰਕੇ ਬਚਿਓ ਹੁਣ ਉਹਨੇ ਯਾਰ, ਏਦਾਂ ਉਹਨੇ ਕਿੱਥੇ ਕਿੱਦਾਂ ਗਿਆ, ਏਦਾਂ ਕਿ ਇੱਥੇ ਇੱਥੇ ਲੱਗਦੀਆਂ ਦੇਖੋ ਦੋਨਾਂ ਪਾਸੇ ਲੱਗਦੀਆਂ, ਦੋਨਾਂ ਪਾਸੇ ਗੋਲੀਆਂ ਲੱਗ ਗਈਆਂ ਮੇਰੀਆਂ, ਮਤਲਬ ਕਿ ਇੱਕ ਵਾਈਫ ਹੈਗੀ ਆ ਕਿ ਆਪਣੇ ਨੂੰ ਅਪਲਾਈ ਕਰਨਾ ਨਾ ਜੈਨੂਇਨ ਆ ਬੰਦਾ, ਇਹ ਆਪਣੇ ਨੂੰ ਅਪਲਾਈ ਕਰਨਾ, ਇੱਥੇ ਫੋਟੋ ਲੱਗਣੀ ਤੁਹਾਡੀ ਤੁਹਾਡੀ ਵੀ ਲੱਗਣੀ ਤੇ ਜਿੱਦਾਂ ਸਰਟੀਫਿਕੇਟ ਤੇ ਗੁੜੀਆ ਦੀ ਵੀ, ਅੱਛਾ ਅਪਲਾਈ ਤੁਹਾਡੇ ਵੱਲੋਂ ਹੋਣਾ ਨਾ, ਤੁਸੀਂ ਤੁਹਾਨੂੰ ਜਾਣਾ ਕੰਮ ਕਰਾਉਣਾ ਹੈ ਜੀ ਕੌਂਸਲ ਸਾਹਿਬ ਜੀ, ਐਵੇਂ ਨਹੀਂ, ਨਾਨੂ ਕਹਿੰਦਾ ਮੈਂ ਖੜਾ ਹੋ ਜਾਣਾ ਵੋਟਾਂ 'ਚ, ਕਹਿੰਦਾ ਵੋਟਾਂ 'ਚ ਖੜੇ ਹੋ ਜਾਣਾ, ਮੈਂ ਕਿਹਾ ਫਾਇਦਾ ਫਿਰ ਕੀ ਤੁਸੀਂ ਤੂੰ ਹਾਰ ਤੇ ਜਾਣਾ ਹੀ ਆ, ਕਹਿੰਦਾ ਕਹਿੰਦਾ ਖੜਾ ਨਾ ਨਾ ਜਦੋਂ, ਕਹਿੰਦਾ ਮੁੜ ਕੇ ਮੈਂ ਕਿਸੇ ਨੇ ਮੈਨੂੰ ਪੈਸੇ ਦੇਣ ਮੈਂ ਬਹਿ ਜਾਣਾ, 50,000 ਰੁਪਏ ਲੈ ਕਹਿੰਦਾ ਬਹਿ ਜਾਣਾ, ਉੱਧਰ ਨੂੰ ਜਾਂਦਾ ਸੀ ਬਾਬਾ ਨੀ ਦਰਸ਼ਨਗਰ ਵਾਲਾ, ਆਹੋ ਗੁਰੂ ਕਿਰਪਾਲ, ਹਾਂ ਠੀਕ ਆ ਠੀਕ ਆ, ਦੋ ਭਰਾ ਹੁੰਦੇ ਸੀ ਪਹਿਲਾਂ ਹਨਾ, ਹਾਂ ਡੈਥ ਹੋ ਗਈ ਦੀ, ਹੁਣ ਕੀ ਕਰਦਾ ਕਿ ਉੱਥੇ, ਬਸ ਹੋਟਲ ਬਣਦਾ ਮਾਰਕੀਟ 'ਚ ਹੋਟਲ ਬਣਾਉਣ ਡੇ ਆ, ਕਾਹਦਾ ਮਤਲਬ ਕਿ ਕਿਸ ਚੀਜ਼ ਦਾ, ਕਮਰੇ ਕੁਮਰੇ ਕਿਰਾਏ ਵਾਸਤੇ, ਇੰਜੋਇਮੈਂਟ ਵਾਸਤੇ, ਅੱਛਾ ਹੋਟਲ ਬਣਦਾ ਹੋਇਆ ਯਾਰ, ਦੂਰ ਜਾਣ ਦੀ ਲੋੜ ਨਹੀਂ ਹਨਾ, ਅੱਗੇ ਹੀ ਬਣਦਾ ਹੋਇਆ, ਕਹਿੰਦਾ 10 ਦਿਨ ਤੱਕ, ਕਹਿੰਦਾ ਸਾਡੀ ਤੁਹਾਡਾ ਨਾ ਸਰਟੀਫਿਕੇਟ ਆਹੋ ਪੜ ਕੇ, ਕਿੰਨੇ ਦਿਨਾਂ ਚਾਹੀਦੇ 10 ਦਿਨ, ਹੈਂ ਤੁਹਾਨੂੰ ਕਿੰਨੇ ਦਿਨਾਂ ਚਾਹੀਦੇ ਇਹ ਦੱਸੋ, ਮੈਨੂੰ ਦੇ ਦੇ ਯਾਰ ਕੱਲ੍ਹ, ਇਹ ਮੈਂ ਜਮ੍ਹਾਂ ਕਰਾ ਗਿਆ ਹੋਇਆ, ਜਮ੍ਹਾਂ ਕਿੱਥੋਂ ਹੋਇਆ ਇਹ ਕਾਗਜ਼ ਜਾਊਗੇ, ਨਹੀਂ 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 ਨਹੀਂ, ਜਿਹੜੇ ਜਿਹੜਾ ਸਰਟੀਫਿਕੇਟ ਨਾਮ 'ਚ ਜਾਣਾ ਉਹ ਦਿਆ ਆ ਔਨਲਾਈਨ, ਉਹ 10 ਦਿਨ, ਉਹ 10 ਕਹਿੰਦੇ ਕਿ ਉਹ ਔਨਲਾਈਨ ਚੜ੍ਹੇ ਨਹੀਂ ਸੀ, ਉਹ ਹੁਣ ਚੜ੍ਹਾਏ, ਔਨਲਾਈਨ ਹੋਣੇ, ਅੱਜ ਚੜ੍ਹਾਏ ਨਾ, ਅੱਜ ਉਹਨੇ ਚੜ੍ਹਾਏ ਆ, 10 ਦਿਨ ਸੇਵਾ ਕੇਂਦਰ ਦੇ ਗਏ ਮਿਟੋਸਤੀ ਵਾਲੇ, ਕਹਿੰਦਾ ਕੱਲ ਹੋ ਜੂਗਾ, ਉਹਨੇ 10 ਦਿਨ ਗਏ, ਫੋਟੋ ਹੋ ਗਈ ਤੁਹਾਡੀ, ਅੱਜ ਫੋਟੋ ਹੋ ਗਈ, ਸਭ ਕੁਝ ਹੋ ਗਿਆ, 10 ਦਿਨ ਗਏ, ਕਹਿੰਦੇ 10 ਦਿਨ ਤੱਕ ਨਹੀਂ ਆਈ, ਉਹ ਕੱਲ ਲੈ ਲਈਏ, ਕੱਲ ਲੈ ਲਵਾਂ, ਲਓ ਜੀ ਕੌਂਸਲਰ ਤੋਂ ਉੱਪਰ MLA ਚੱਲੇ ਇਹ ਬੰਦਾ ਹੈ, ਕੱਲ ਮਿਲ ਜੂਗਾ, ਹੋਰ ਦੱਸੋ ਯਾ ਯਾਰ, ਯਾਰ ਇਹ ਸੋਚਾਂ ਜੀ ਬਾਤ ਆ ਯਾਰ, ਮੈਨੂੰ ਆਹ ਵੀ 2 ਦਿਨਾਂ 'ਚ ਹੋ ਜੂਗਾ,
ਉਹ ਜਿਹੜੇ ਗਏ ਆ ਉਹ ਆਨਲਾਈਨ ਹੋਣ ਵਾਸਤੇ ਗਏ ਆ ਕਿ ਸਰਟੀਫਿਕੇਟ ਆਨਲਾਈਨ ਨਹੀਂ ਹੈਗੇ ਜਿਹੜੇ ਆ ਫਾਰਮ ਹੈ ਇੱਥੇ ਨਾਮ ਚੜ੍ਹਨਾ ਹੈ ਆ ਉਹ ਨਹੀਂ ਕਹਿੰਦਾ ਭਰ ਗਏ ਸਾਈਨ ਕਰਾ ਕੇ ਲੈ ਗਿਆ ਹੋਰ ਨਾਮ ਚੜ੍ਹੂਗਾ ਇੱਥੇ ਆ ਫਾਰਮ 'ਤੇ ਇਹ ਵੀ ਦੋ ਨਹੀਂ ਤਿੰਨ ਦਿਨਾਂ 'ਚ ਵੀ ਮਿਲ ਜੂਗਾ ਦਸ ਨੂੰ ਪੰਦਰਾਂ ਦਿਨ ਲੱਗਦੇ ਅੱਛਾ ਪਹਿਲਾਂ ਤਾਂ ਅੱਧੇ ਮਿੱਠੂ ਬਸਤੀ ਗਏ ਤੇ ਮੈਂ ਫੋਨ ਕਰ ਦੇਣਾ ਇੱਥੇ ਯਾਰ ਮੈਨੂੰ ਪਤਾ ਤੇ ਚੜ੍ਹਾਈ ਹੈਗੀ ਪਰ ਇਹ ਨਹੀਂ ਪਤਾ ਇੰਨੀ ਜ਼ਿਆਦਾ ਚੜ੍ਹਾਈ ਹੈ ਇਹਨੂੰ ਇਹ ਨਹੀਂ ਪਤਾ ਸੀ ਇੰਨਾ ਪਤਾ ਸੀ ਵੀ ਚੜ੍ਹਾਈ ਹੈ ਮੁੰਡੇ ਦੀ ਇਹ ਨਹੀਂ ਪਤਾ ਇੰਨੀ ਹੈ ਇਹ ਨਹੀਂ ਪਤਾ ਮੈਂ ਯਾਰ ਮੈਂ ਮੇਰੇ ਹਿਸਾਬ ਨਾਲ ਜੇ ਤੂੰ ਚਾਹੁੰਦਾ ਤਾਂ ਰੁਪਇਆ ਲੱਖ ਤੂੰ ਖਾ ਸਕਦਾ ਸੀਗਾ ਪਰ ਤੂੰ ਇਮਾਨਦਾਰ ਬੰਦਾ ਰਿਹਾ ਇਹ ਤਾਂ ਕੋਈ ਹੋਰ ਹੁੰਦਾ ਮਹੀਨੇ ਦਾ ਲੱਖ ਰੁਪਇਆ ਆਰਾਮ ਨਾਲ ਖਾ ਸਕਦਾ ਸੀ ਯਾਰ ਕੰਮ ਕਰਾ ਕੇ ਕਿਉਂ ਤੇਰੀ ਕਹਿੰਦੇ ਨੀ ਕਿਹੜਾ ਤੈਨੂੰ ਨਾ ਕਰ ਦੂ ਸਾਰਿਆਂ ਨੇ ਤੈਨੂੰ ਹਾਂ ਹੀ ਕਰਨੀ ਆ ਹੋਰ ਚਾਹ ਨੀ ਪੀਣੀ ਨਹੀਂ ਨਹੀਂ ਚਾਹ ਨੀ ਪੀਣੀ ਯਾਰ ਚੂ ਤੁਸੀਂ ਪੀਂਦੇ ਨੀ ਚੂ ਪੀਂਦੇ ਨੀ ਮੇਰਾ ਕੀਤਾ ਹੈ ਨਾ ਤੂੰ ਸਬਸਕ੍ਰਾਈਬ ਮੇਰਾ ਸਬਸਕ੍ਰਾਈਬ ਹੀ ਨਹੀਂ ਕੀਤਾ ਯਾਰ ਮੈਂ ਤੈਨੂੰ ਕੌਂਸਲਟ ਤੋਂ ਉੱਪਰ ਜਾਣ ਡਿਆ ਨਾਣੂ ਨਹੀਂ ਕੀਤਾ ਕਰ ਯਾਰ ਸਬਸਕ੍ਰਾਈਬ ਕਰੋ ਕੁਛ ਸਾਨੂੰ ਵੀ ਭਰਾ ਨੂੰ ਵਧਾਓ ਨਾ ਅੱਗੇ ਕਿ ਮੈਂ ਸਪੋਰਟ ਕਰਾਂ ਹੋਵੇ ਤੁਹਾਨੂੰ ਜਿਹੜਾ ਬੰਦਾ ਮੇਰੇ ਨਾਲ ਐਡ ਹੈਗਾ 15 ਮਿਲੀਅਨ ਉਹਨਾਂ ਨੂੰ ਕਹਾਂ ਵੀ ਸਪੋਰਟ ਕਰੋ ਕਾਂਗਰਸ ਨੂੰ ਦੇਖ ਕੇ ਮੇਰਾ ਵੀਆਈਪੀ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਦਾ ਦੇਖ ਕੇ ਚੱਕਿਆ ਹੁਣ ਬੰਦੇ ਬੋਰ ਹੋਣ ਲੱਗ ਪਏ ਹੋਏ ਹਨਾ ਜਿਹੜੇ ਬੰਦੇ ਦੇਖਣ ਡੇ ਆ ਕਹਿੰਦੇ ਹੋਣੇ ਯਾਰ ਕੀ ਜਬੜੀਆਂ ਮਰੀ ਜਾਂਦੇ ਆ ਸਿਰ ਖਾਈ ਜਾਂਦੇ ਹਨਾ ਉਹਦੇ ਤੋਂ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਅਗਲੇ ਐਪੀਸੋਡ 'ਚ ਮਿਲਾਂਗੇ ਵਿਦ ਨਾਨੂ ਉਹ ਮੈਂ ਅੱਗੇ ਸਤਿ ਸ਼੍ਰੀ ਅਕਾਲ ਤੋਂ ਬੁਲਾਉਣ ਡਿਆ ਮੈਨੇ ਵੀ ਰੋਟੀ ਖਾਣੀ ਹੈ